Hello students, how are you? So today we are going to do a very interesting topic, notice. So let's start. You have found a purse. Tahanu purse milya hai. Lying in one of the lawns of your school. Jo ke tuhade school de bagichiyan vichon kise ek bagiche jo pya si. Write a notice. Notice likho. Asking the owner of the purse to contact you. Is de malak nu kende hoye ke oh tahanu contact kare. Okay, so starting kitha karange center de vich notice. All the letters should be capital. Okay, sare akhar vadde. Left side date July 1, 2020. Us to baad ki karange found. Okay, enu vi capital ch likhange thoda vadda taaki sare nu duro dis jaye bhi ye notice kade vaste hai. So itthe assi sokha kam karange. Okay, sokha kam ki hoega ke jo statement ch likhya apan ohi wording use kar lange. Okay, ਕਿੱਦਾਂ ਸ਼ੁਰੂ ਕਰਾਂਗੇ? ਦਿਸ ਇਜ਼ ਟੂ ਇਨਫੋਰਮ ਯੂ ਕਿ ਇਹ ਜਿਹੜਾ ਨੋਟਿਸ ਅਸੀਂ ਲਿਖ ਰਹੇ ਹਾਂ ਇਹ ਤੁਹਾਨੂੰ ਜਾਣੂ ਕਰਵਾਉਣ ਲਈ ਲਿਖ ਰਹੇ ਹਾਂ, ਤੁਹਾਨੂੰ ਜਾਣਕਾਰੀ ਦੇਣ ਲਈ ਲਿਖ ਰਹੇ ਹਾਂ. ਕਿਸ ਚੀਜ਼ ਦੀ ਜਾਣਕਾਰੀ? ਦੈਟ ਆਈ ਹੈਵ ਫਾਊਂਡ. ਹੁਣ ਵਰਡਿੰਗ ਸਟੇਟਮੈਂਟ ਤੋਂ ਲੈਣੀ ਸ਼ੁਰੂ ਕਰ ਦਿਓ. ਦੈਟ ਆਈ ਹੈਵ ਫਾਊਂਡ. ਹੁਣ ਤੁਸੀਂ ਨੋਟਿਸ ਲਿਖ ਰਹੇ ਹੋ ਨਾ. ਜਦੋਂ ਮੈਂ ਕਿਹਾ ਸੀ ਕਿ ਤੁਸੀਂ ਨੋਟਿਸ ਲਿਖੋ ਤਾਂ ਮੈਂ ਤਾਂ ਇਹੀ ਕਹਿਣਾ ਸੀ ਨਾ ਕਿ ਯੂ ਹੈਵ ਫਾਊਂਡ ਅ ਪਰਸ, ਅਤੇ ਤੁਹਾਨੂੰ ਮੈਂ ਕਿਹਾ ਸੀ ਕਿ ਤੁਸੀਂ ਨੋਟਿਸ ਲਿਖੋ. ਤੁਸੀਂ ਕਿਹਾ ਠੀਕ ਹੈ ਸਰ ਅਸੀਂ ਨੋਟਿਸ ਲਿਖਦੇ ਹਾਂ. ਹੁਣ ਜਦੋਂ ਤੁਸੀਂ ਨੋਟਿਸ ਲਿਖੋਗੇ ਤਾਂ ਇਹ ਲਿਖੋਗੇ ਕਿ ਯੂ ਹੈਵ ਫਾਊਂਡ. ਤੁਸੀਂ ਕੀ ਲਿਖੋਗੇ? ਆਈ ਹੈਵ ਫਾਊਂਡ ਕਿ ਮੈਨੂੰ ਪਰਸ ਮਿਲਿਆ ਹੈ. ਸੋ ਸ਼ੁਰੂ ਕਰੋ. ਦੈਟ ਆਈ ਹੈਵ ਫਾਊਂਡ ਅ ਪਰਸ ਲਾਇੰਗ ਇਨ ਵਨ ਆਫ ਦ ਲੋਨਸ of school. ਕਿ ਮੈਨੂੰ ਸਕੂਲ ਦੇ ਬਗੀਚਿਆਂ ਵਿੱਚੋਂ ਕਿਸੇ ਇੱਕ ਬਗੀਚੇ ਵਿੱਚ ਇਹ ਪਰਸ ਮਿਲਿਆ ਹੈ. The owner of the purse can contact the undersigned immediately. ਕਿ ਇਸ ਪਰਸ ਦਾ ਮਾਲਕ ਤੁਰੰਤ ਕੰਟੈਕਟ ਕਰੇ ਕਿਸ ਨੂੰ? ਜਿਸ ਦਾ ਨਾਮ ਹੇਠਾਂ ਲਿਖਿਆ ਹੋਇਆ ਹੈ, undersigned. Okay, with full details of the purse. ਪਰਸ ਦੀ ਪੂਰੀ ਡਿਟੇਲਸ ਦੇ ਨਾਲ. ਕਿ ਜਦੋਂ ਤੁਸੀਂ ਲੈਣ ਆਓ ਤੇ ਤੁਹਾਨੂੰ ਪਰਸ ਦੀ ਪੂਰੀ ਡਿਟੇਲ ਪਹਿਲਾਂ ਦੱਸਣੀ ਪੈਣੀ ਹੈ, ਫਿਰ ਪਰਸ ਤੁਹਾਨੂੰ ਮਿਲੇਗਾ. ਲਾਈਨ ਛੱਡ ਦਿਓ, ਨੀਚੇ ਆਪਣਾ ਨਾਮ ਲਿਖ ਦਿਓ, ਰੋਲ ਨੰਬਰ ਲਿਖ ਦਿਓ ਤੇ ਆਪਣੀ ਕਲਾਸ ਲਿਖ ਦਿਓ. ਸੋ ਇਹ ਸੀ ਸਾਡਾ ਨੋਟਿਸ. ਬਹੁਤ ਸਿੰਪਲ, ਬਹੁਤ ਛੋਟਾ ਜਿਹਾ ਤੇ ਬਹੁਤ ਈਜ਼ੀ. ਓਕੇ, ਕਿਉਂਕਿ ਜ਼ਿਆਦਾਤਰ ਮੈਟਰ ਸਾਨੂੰ ਸਟੇਟਮੈਂਟ 'ਚੋਂ ਹੀ ਮਿਲ ਗਿਆ ਅਤੇ ਇਸ ਤਰ੍ਹਾਂ ਤੁਸੀਂ ਆਪਣਾ ਨੋਟਿਸ ਰਾਈਟ ਕਰ ਸਕਦੇ ਹੋ. ਸੋ ਉਮੀਦ ਹੈ ਤੁਹਾਨੂੰ ਸਾਰਾ ਸਮਝ ਆ ਗਿਆ ਹੋਵੇਗਾ ਅਤੇ ਪੜ੍ਹਦੇ ਪੜ੍ਹਦੇ ਯਾਦ ਵੀ ਹੋ ਗਿਆ ਹੋਵੇਗਾ ਅਤੇ ਜਲਦੀ ਜਲਦੀ ਆਪਣੇ ਟੀਚਰ ਨੂੰ ਚੈੱਕ ਵੀ ਕਰਵਾ ਲਓਗੇ. ਥੈਂਕ ਯੂ ਵੈਰੀ ਮੱਚ. ਮਿਲਦੇ ਹਾਂ ਅਗਲੀ ਵੀਡੀਓ ਵਿੱਚ.